ਬਿਸਮਿਲਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ ਵਰਹਿਮਤੁਲਲਾਹਿ ਵਬਰਕਾਤੁਹ ਜੀ ਨਾਜ਼ਰੀਨ, ਇਹ ਜਿਹੜਾ ਤੁਸੀਂ ਗਾਣਾ ਸੁਣਿਆ, ਅਦਾਕਾਰਾ ਮੁਮਤਾਜ਼ ਦੇ ਉੱਤੇ ਫਰਮਾਇਆ ਗਿਆ ਸੀ ਅਤੇ ਉਹ ਕਿਹੜੀ ਫਿਲਮ ਦਾ ਗਾਣਾ ਸੀ ਅਤੇ ਉਹ ਇੰਡੀਆ ਦੀ ਕਿਹੜੀ ਫਿਲਮ ਤੋਂ ਲਿਆ ਗਿਆ ਸੀ, ਇਸ ਗਾਣੇ ਦੀ ਔਰ ਫਿਲਮ ਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਲਓ ਜੀ, ਜੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਆ ਕਰੋ। ਤੁਹਾਡੀਆਂ ਮੁਹੱਬਤਾਂ ਦਾ ਬੜਾ ਸ਼ੁਕਰੀਆ। ਨਾਲ ਨਾਲ ਘੈਂਠੀ ਦੇ ਬਟਨ ਨੂੰ ਵੀ ਦੱਬ ਦਿਆ ਕਰੋ, ਫਿਰ ਸਬਸਕ੍ਰਾਈਬ ਕਰਨ ਤੋਂ ਬਾਅਦ ਫਿਰ ਵੀਡੀਓ ਨੂੰ ਵੇਖਿਆ ਵੀ ਕਰੋ, ਅਤੇ ਤੁਹਾਡੀ ਬੜੀ ਮਿਹਰਬਾਨੀ, ਸ਼ੁਕਰੀਆ। ਅੱਲਾਹ ਤਾਲਾ ਤੁਹਾਡੇ ਸਾਰਿਆਂ 'ਤੇ ਰਹਿਮਤਾਂ ਫਰਮਾਏ। ਇਹ ਜਿਹੜਾ ਗਾਣਾ ਸੀ ਤੁਸੀਂ ਵੇਖਿਆ ਹੋਣਾ, ਅਦਾਕਾਰਾ ਮੁਮਤਾਜ਼ 'ਤੇ ਫਰਮਾਇਆ ਗਿਆ ਸੀ। ਇਹ ਜਿਸ ਵੇਲੇ ਫਿਲਮ ਰਿਲੀਜ਼ ਹੋਈ ਸੀ, ਇਹ ਬਹੁਤ ਅਦਾਕਾਰਾ ਮੁਮਤਾਜ਼ ਉਸ ਵੇਲੇ ਮਸ਼ਹੂਰ ਹੋ ਗਈਆਂ ਸੀ। ਇਸ ਇੱਕ ਗਾਣੇ ਦੀ ਵਜ੍ਹਾ ਨੇ ਅਦਾਕਾਰਾ ਮੁਮਤਾਜ਼ ਨੂੰ ਸ਼ੋਹਰਤ ਦੀਆਂ ਬੁਲੰਦੀਆਂ 'ਤੇ ਪਹੁੰਚਾ ਦਿੱਤਾ ਸੀ, ਔਰ ਇਸ ਗਾਣੇ ਤੋਂ ਬਾਅਦ ਉਹਦੀ ਫਿਰ ਡਿਮਾਂਡ ਵੀ ਵੱਧ ਗਈ ਸੀ। ਅਤੇ ਅਦਾਕਾਰਾ ਮੁਮਤਾਜ਼ ਨੇ ਇਸ ਤੋਂ ਪਹਿਲਾਂ ਇੱਕ ਫਿਲਮ ਬਨਾਰਸੀ ਠੱਗ, ਉਸ ਤੋਂ ਬਾਅਦ ਜ਼ਿੱਦੀ, ਉਸ ਤੋਂ ਬਾਅਦ ਫਿਰ ਇਹ ਸ਼ਿਕਾਰ ਤੀਸਰੀ ਫਿਲਮ ਸੀ ਜਿਹੜੀ ਇਹ ਇਹਨਾਂ ਨੇ ਕੀਤੀ। ਇਹ ਫਿਲਮ ਤੋਂ ਬਾਅਦ ਫਿਰ ਇਹ ਬਹੁਤ ਜ਼ਿਆਦਾ ਮਸ਼ਹੂਰ ਹੋ ਗਈਆਂ। ਇਸ ਫਿਲਮ ਦੇ ਵਿੱਚ ਇਹਨਾਂ ਦੇ ਨਾਲ ਅਦਾਕਾਰ ਸ਼ਾਹਦ ਸਾਹਿਬ ਸੀ ਜਿਨ੍ਹਾਂ ਨੇ ਕਿਰਦਾਰ ਅਦਾ ਕੀਤਾ। ਇਹ ਸ਼ਿਕਾਰ ਫਿਲਮ 1974 ਦੇ ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਦਾ ਇਹ ਗਾਣਾ ਜਿਹੜਾ ਸੀ ਮਾਲਾ ਨੇ ਗਾਇਆ ਸੀ ਅਤੇ ਫਿਰ ਇਹਨਾਂ ਦੇ ਉੱਤੇ ਇਹ ਪਿਕਚਰਾਈਜ਼ ਕੀਤਾ ਗਿਆ ਸੀ। ਅਤੇ ਇਸ ਗਾਣੇ ਨੂੰ ਜਿਸ ਵੇਲੇ ਪਿਕਚਰਾਈਜ਼ ਕੀਤਾ ਗਿਆ ਅਤੇ ਇਹ ਇੱਕ ਪੋਪਟ ਸ਼ੋਅ ਦਾ ਡਾਂਸ ਹੁੰਦਾ ਉਹਨੂੰ ਵੇਖਦਿਆਂ ਹੋਇਆਂ ਫਿਰ ਇਹ ਇੰਪ੍ਰੈਸ਼ਨ ਉੱਥੋਂ ਲੈਂਦੇ ਨੇ ਅਤੇ ਇਹ ਖਿਆਲਾਂ ਦੇ ਵਿੱਚ ਫਿਰ ਖਿਆਲੀ ਗਾਣਾ ਇਹ ਗਾਉਂਦੇ ਨੇ ਜਿਹੜਾ ਇਹ ਤੁਸੀਂ ਸੁਣਿਆ ਉਸ ਗਾਣੇ ਨੂੰ। ਚਲੋ ਆਓ ਫਿਰ ਮੈਂ ਤੁਹਾਨੂੰ ਸੁਣਾਉਂਦਾ। ਇਹ ਗਾਣਾ ਇੰਡੀਆ ਦੀ ਕਿਹੜੀ ਫਿਲਮ ਤੋਂ ਲਿਆ ਸੀ? ਇਹ ਗਾਣਾ ਇੰਡੀਆ ਦੀ ਇੱਕ 1956 ਦੇ ਵਿੱਚ ਫਿਲਮ ਬਣੀ ਸੀ ਚੋਰੀ ਚੋਰੀ। ਇਸ ਫਿਲਮ ਦੇ ਵਿੱਚ ਰਾਜ ਕਪੂਰ ਸਾਹਿਬ ਔਰ ਨਰਗਸ ਨੇ ਕਿਰਦਾਰ ਅਦਾ ਕੀਤਾ ਸੀ, ਔਰ ਉਸ ਵੇਲੇ ਚੋਰੀ ਚੋਰੀ ਫਿਲਮ ਵੀ ਫਿਰ ਬੜੀ ਹਿੱਟ ਹੋਈ ਸੀ, ਔਰ ਇਸ ਗਾਣੇ ਦੀ ਵਜ੍ਹਾ ਨਾਲ ਫਿਰ ਇਹਨਾਂ ਅਦਾਕਾਰਾਂ ਨੂੰ ਇਨਾਮ ਵੀ ਦਿੱਤੇ ਗਏ ਸੀ, ਇਨਾਮਾਂ ਦੇ ਨਾਲ ਵੀ ਨਵਾਜ਼ਿਆ ਗਿਆ ਸੀ, ਅਵਾਰਡ ਵੀ ਦਿੱਤੇ ਗਏ ਸੀ। ਅਤੇ ਇਹ ਗਾਣਾ ਜਿਹੜਾ ਚੋਰੀ ਚੋਰੀ ਫਿਲਮ ਦਾ ਸੀ, ਇਹ ਵੀ ਇੱਕ ਪੋਪਟ ਸਾਂਗ ਹੁੰਦਾ ਜਿਹੜਾ ਗਾਣਾ ਸੀ, ਇਹ ਵੀ ਇੱਕ ਕਿਸਮ ਦਾ ਪੋਪਟ ਕਿਸਮ ਦਾ ਗਾਣਾ ਸੀ ਜਿਹੜਾ ਉਹ ਇੱਕ ਖਿਆਲਾਂ ਦੇ ਵਿੱਚ ਫਿਰ ਗਾਉਂਦੇ ਨੇ ਜਿਹੜੇ ਰਾਜ ਕਪੂਰ ਸਾਹਿਬ ਨਰਗਸ ਨੇ ਗਾਇਆ ਸੀ। ਅਤੇ ਇਸ ਫਿਲਮ ਨੂੰ ਦੱਸਦੇ ਨੇ ਕਿ 1956 ਦੇ ਵਿੱਚ ਇਹਦੇ ਉੱਤੇ 20 ਲੱਖ ਰੁਪਈਆ ਬਣਾਉਣ 'ਤੇ ਲੱਗਾ ਸੀ, ਅਤੇ ਉਸ ਵੇਲੇ ਤੁਸੀਂ ਦੇਖ ਲਓ 20 ਲੱਖ ਰੁਪਏ ਦੀ ਕਿੰਨੀ ਯਾਨੀ ਵੁਕਤ ਹੋਏਗੀ, ਅੱਜ ਦੇ ਦੌਰ ਦੇ ਵਿੱਚ ਤਾਂ ਉਹ ਕਰੋੜਾਂ ਦੇ ਹਿਸਾਬ ਨਾਲ ਹੋਏਗਾ ਨਾ। ਅਤੇ ਫਿਰ ਦੱਸਦੇ ਨੇ ਉਸ ਫਿਲਮ ਨੇ ਉਸ ਵੇਲੇ ਜਦੋਂ 1956 ਦੇ ਵਿੱਚ ਰਿਲੀਜ਼ ਕੀਤੀ ਗਈ ਸੀ, ਇਸ ਫਿਲਮ ਨੇ 7 ਕਰੋੜ ਰੁਪਈਆ ਬਿਜ਼ਨਸ ਕੀਤਾ ਸੀ, ਅਤੇ ਅੱਜ ਉਹ ਖਰਬ ਅਤੇ ਅਰਬਾਂ ਦੇ ਵਿੱਚ ਹੋਏਗਾ। 7 ਕਰੋੜ ਰੁਪਈਆ 1956 ਦੇ ਵਿੱਚ ਬਹੁਤ ਜ਼ਿਆਦਾ ਸੀ ਉਹਦੀ ਯਾਨੀ ਅੱਜ ਦੇ ਦੌਰ ਦੇ ਵਿੱਚ ਵਕਤ ਕਹਿ ਸਕਦੇ ਹੋ ਤੁਸੀਂ।
ਅਤੇ ਉਸ ਤੋਂ ਇਲਾਵਾ ਫਿਰ ਇਹ ਜਿਹੜਾ ਗਾਣਾ ਸੀ ਫਰਮਾਇਆ ਗਿਆ ਸੀ ਅਦਾਕਾਰਾ ਨਰਗਸ ਔਰ ਰਾਜ ਕਪੂਰ ਸਾਹਿਬ 'ਤੇ, ਅਤੇ ਫਿਰ ਇਸ ਗਾਣੇ ਦੀ ਵਜ੍ਹਾ ਨਾਲ ਫਿਰ ਉਹਨਾਂ ਨੇ ਵੀ ਬੜੀ ਮਸ਼ਹੂਰੀ ਹਾਸਲ ਕੀਤੀ ਸੀ, ਬੜੀ ਸ਼ੋਹਰਤ ਪਾਈ ਸੀ। ਅਤੇ ਇਹ ਗਾਣਾ ਜਿਹੜਾ ਸੀ ਅੱਜ ਉਹ ਮੈਂ ਤੁਹਾਨੂੰ ਸੁਣਾਉਣਾ ਜਿਹੜਾ ਉਹਨਾਂ ਦੇ ਉੱਤੇ ਫਰਮਾਇਆ ਗਿਆ ਸੀ। ਇਹ ਗਾਣਾ ਜਿਹੜਾ ਪਾਕਿਸਤਾਨੀ ਅਦਾਕਾਰਾ ਮੁਮਤਾਜ਼ 'ਤੇ ਫਰਮਾਇਆ ਗਿਆ ਸੀ। ਅਤੇ ਇਸ ਗਾਣੇ ਦੀ ਵਜ੍ਹਾ ਨਾਲ ਫਿਰ ਲੋਕ ਇਹਨੂੰ ਪੋਪਟ ਗਰਲ ਵੀ ਕਹਿਣ ਲੱਗ ਪਏ ਸੀ ਅਦਾਕਾਰਾ ਮੁਮਤਾਜ਼ ਨੂੰ। ਫਿਰ ਜਦੋਂ ਵੀ ਇੱਕ ਤੋਂ ਗੁਜ਼ਰਦੀ ਸੀ ਲੋਕ ਕਹਿੰਦੇ ਹੁੰਦੇ ਸੀ ਉਹ ਦੇਖੋ ਪੋਪਟ ਗਰਲ ਜਾ ਰਹੀ ਹੈ। ਅਤੇ ਇਸ ਤਰ੍ਹਾਂ ਇਹ ਫਿਲਮ ਦੀ ਸਟੋਰੀ ਸੀ ਜਿਹੜੀ ਮੈਂ ਤੁਹਾਨੂੰ ਬਿਆਨ ਕੀਤੀ। ਅਤੇ ਇਹ ਇੰਡੀਆ ਦੀ ਫਿਲਮ ਚੋਰੀ ਚੋਰੀ ਤੋਂ ਪਾਕਿਸਤਾਨ ਨੇ ਉੱਥੋਂ ਸਮਝੋ ਕੇ ਲਿਆ ਸੀ, ਲੇਕਿਨ ਇਹਦੇ ਵਿੱਚ ਸੌਂਗ ਆਵਾਜ਼ ਗਾਣਾ ਵਗੈਰਾ ਸਾਰਾ ਕੁਛ ਪਾਕਿਸਤਾਨ ਦਾ ਆਪਣਾ ਸੀ, ਲੇਕਿਨ ਡਾਂਸ ਔਰ ਥੀਮ ਜਿਹੜਾ ਉਹ ਇੰਡੀਆ ਦੀ ਫਿਲਮ ਬਿਲਕੁਲ ਉਸੇ ਤਰ੍ਹਾਂ ਦਾ ਸੀ, ਉਸੇ ਤਰ੍ਹਾਂ ਦਾ ਸੀ। ਅਤੇ ਜਿਹੜਾ ਇਹ ਬੜੀ ਹਿੱਟ ਉਸ ਵਕਤ ਫਿਰ ਫਿਲਮ ਹੋਈ ਸਿਰਫ ਇੱਕ ਗਾਣੇ ਦੀ ਵਜ੍ਹਾ ਨਾਲ। ਇਸ ਗਾਣੇ ਦੀ ਵਜ੍ਹਾ ਨਾਲ ਫਿਰ ਅਦਾਕਾਰਾ ਮੁਮਤਾਜ਼ ਵੀ ਸ਼ੋਹਰਤ ਦੀਆਂ ਬੁਲੰਦੀਆਂ 'ਤੇ ਪਹੁੰਚ ਗਏ। ਪਾਕਿਸਤਾਨੀਆਂ ਨੇ ਇਸ ਗਾਣੇ ਨੂੰ ਬੜਾ ਪਸੰਦ ਕੀਤਾ ਸੀ। ਅਤੇ ਇਹ ਸੀ ਸਾਰੀ ਸਟੋਰੀ ਜਿਹੜੀ ਬਿਆਨ ਕੀਤੀ, ਉਮੀਦ ਆ ਤੁਹਾਨੂੰ ਪਸੰਦ ਆਈ ਹੋਵੇਗੀ। ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹ।